ਗੱਲਬਾਤ ਹੋਈ ਹੈ ਤੇ ਕੀ ਅੱਜ ਮੀਟਿੰਗ ਚੱਲੀ ਹੈ, ਕਿਹੜੀ ਕਿਹੜੀ ਮੰਗਾਂ ਰੱਖੀਆਂ ਸੀ, ਕਿਹੜੀ ਕਿਹੜੀ ਮੰਨੀਆਂ ਗਈਆਂ ਨੇ? ਦੇਖੋ ਅੱਜ ਦੀ ਜਿਹੜੀ ਮੀਟਿੰਗ ਹੈ ਸੰਗਰੂਰ ਦੇ ਵਿੱਚ ਰੈਸਟ ਹਾਊਸ ਦੇ ਵਿੱਚ ਪੰਜਾਬ ਸਰਕਾਰ ਦੇ ਭੇਜੇ ਹੋਏ ਅਧਿਕਾਰੀਆਂ ਨਾਲ, ਪੁਲਿਸ ਪ੍ਰਸ਼ਾਸਨ ਦੇ ਮੁਲਾਜ਼ਮਾਂ ਨਾਲ, ਵੱਡੇ ਅਫਸਰਾਂ ਨਾਲ ਹੋਈ ਹੈ। ਇਹ ਉਸ ਸੰਦਰਭ 'ਚ ਹੋਈ ਹੈ ਮੀਟਿੰਗ, ਕਿਉਂਕਿ ਅਸੀਂ ਉੱਤਰੀ ਭਾਰਤ ਦੀਆਂ 16 ਜਥੇਬੰਦੀਆਂ ਨੇ ਚੰਡੀਗੜ੍ਹ ਦੇ ਵਿੱਚ 22 ਅਗਸਤ ਦਾ ਵੱਡਾ ਪ੍ਰੋਗਰਾਮ ਕਰਨ ਬਾਰੇ ਫੈਸਲਾ ਕੀਤਾ ਸੀ, ਅਤੇ ਸਰਕਾਰ ਭਾਵੇਂ ਪੰਜਾਬ ਦੀ ਹੋਵੇ, ਵੱਖ ਵੱਖ ਰਾਜਾਂ ਦੀ ਹੋਵੇ, ਉਹਨਾਂ ਨੇ ਸਾਡੇ ਉਸ ਪ੍ਰੋਗਰਾਮ ਨੂੰ ਫੇਲ ਕਰਨ ਲਈ ਸਾਨੂੰ ਘਰਾਂ 'ਚੋਂ ਨਿਕਲਣ ਨੂੰ ਬੰਦੀਆਂ ਤੈਨਾਤ ਕੀਤੀਆਂ ਸੀ, ਰੋਕਾਂ ਲਾਈਆਂ ਸੀ। ਅਤੇ ਉਸ ਗੱਲ ਨੂੰ ਦੇਖਦੇ ਹਾਂ ਨਾ, ਇੱਕ ਇਸ ਤਰ੍ਹਾਂ ਦਾ ਮਾਹੌਲ ਸਿਰਜਿਆ ਗਿਆ ਜਿਹਨੇ ਲੌਂਗੋਵਾਲ ਦੇ ਵਿੱਚ ਇੱਕ ਉਸ ਤਰ੍ਹਾਂ ਦੀ ਘਟਨਾ ਘਟੀ, ਜਾਣੀ ਇੱਕ ਸਾਡਾ ਕਿਸਾਨ ਸੀ ਜਿਹੜਾ ਉਸ ਲਾਠੀਚਾਰਜ ਦੇ ਕਾਰਨ, ਪੁਲਿਸ ਦੀ ਧੱਕੇਸ਼ਾਹੀ ਦੇ ਕਾਰਨ ਇੱਕ ਕਿਸਾਨ ਦੀ ਮੌਤ ਹੋ ਗਈ ਸੀ ਉੱਥੇ। ਉਹ ਮੌਤ ਹੋਣ ਤੋਂ ਬਾਅਦ ਲਗਾਤਾਰ ਜਿਹੜੀਆਂ ਸਾਡੀਆਂ ਮੰਗਾਂ ਸੀ, ਅਸੀਂ ਮੰਗਾਂ ਦੇ ਉੱਤੇ ਸੰਘਰਸ਼ ਕਰ ਰਹੇ ਸੀ। ਪੰਜਾਬ ਦੀਆਂ 15 ਥਾਵਾਂ 'ਤੇ ਕਿਸਾਨ ਬੈਠੇ ਸੀ, ਹਰਿਆਣੇ ਦੇ ਕਿਸਾਨ ਬੈਠੇ ਸੀ। ਇਹ ਅੱਜ ਉਹ ਸਾਰੀਆਂ ਗੱਲਾਂ ਬਾਤਾਂ ਵਾਸਤੇ ਉਰੇ ਮੀਟਿੰਗ ਹੋਈ ਹੈ, ਹੁਣ ਰੈਸਟ ਹਾਊਸ ਦੇ ਵਿੱਚ। ਇਸ ਮੀਟਿੰਗ ਦੇ ਵਿੱਚ ਇਹ ਫੈਸਲੇ ਹੋਏ ਹੈ ਕਿ ਸਭ ਤੋਂ ਪਹਿਲੀ ਗੱਲ, ਉਹ ਜਿਹੜਾ ਸ਼ਹੀਦ ਹੋਇਆ ਸਾਡਾ ਕਿਸਾਨ ਹੈ ਪ੍ਰੀਤਮ ਸਿੰਘ, ਉਸ ਦੇ ਪਰਿਵਾਰ ਨੂੰ ਕੰਪੋਸ਼ੀਸ਼ਨ ਦੀ ਮੰਗ ਸੀ ਸਾਡੀ 10 ਲੱਖ ਰੁਪਏ ਦੀ, ਕਿ ਉਹਨੂੰ ਮੁਆਵਜ਼ਾ ਦਿੱਤਾ ਜਾਵੇ। ਉਹ ਮੰਗ ਨੂੰ ਪ੍ਰਵਾਨ ਕੀਤਾ ਗਿਆ ਹੈ। ਦੂਜਾ, ਸਰਕਾਰ ਵੱਲੋਂ ਉਸ ਦੇ ਯੋਗਤਾ ਮੁਤਾਬਕ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦਾ ਸਵਾਲ ਸੀ, ਉਹ ਮੰਗ ਨੂੰ ਪ੍ਰਵਾਨ ਕੀਤਾ ਗਿਆ ਹੈ। ਦੂਜੀ ਨਾਲ ਇਹਦੇ ਮੰਗ ਇਹ ਸੀ ਵੀ ਜਿੰਨੇ ਜ਼ਖਮੀ ਹੋ ਗਏ ਸੀ, ਬਹੁਤ ਸਾਰੇ ਕਿਸਾਨ ਜਿਨ੍ਹਾਂ ਦੇ ਗੰਭੀਰ ਸੱਟਾਂ ਸਨ, ਉਹਨਾਂ ਨੂੰ 2 ਲੱਖ ਰੁਪਈਆ, ਅਤੇ ਜਿਨ੍ਹਾਂ ਦੇ ਘੱਟ ਸੱਟਾਂ ਵੱਜੀਆਂ ਹੋਈਆਂ ਸਨ, ਉਹਨਾਂ ਨੂੰ 1 ਲੱਖ ਰੁਪਇਆ ਦੇਣ ਦੀ ਜਿਹੜੀ ਮੰਗ ਹੈ ਉਹ ਇਹਨਾਂ ਨੇ ਪ੍ਰਵਾਨ ਕੀਤੀ ਹੈਗੀ ਹੈ। ਇਹਦੇ ਨਾਲ ਨਾਲ ਸਾਡੇ ਬਹੁਤ ਸਾਰੇ ਸਾਧਨ, ਤੁਸੀਂ ਸਾਰਿਆਂ ਨੇ ਵੀਡੀਓ ਦੇਖੀਆਂ ਹੋਣੀਆਂ ਕਿਵੇਂ ਪੁਲਿਸ ਨੇ ਡਾਂਗਾਂ ਨਾਲ ਤੋੜੇ, ਉਹ ਜਿੰਨੇ ਸਾਧਨ ਟੁੱਟਿਆ ਉਹਨਾਂ ਨੂੰ ਮੁਰੰਮਤ ਕਰਵਾਉਣਗੇ, ਅਤੇ ਨਾਲ ਉਹਨਾਂ ਦਾ ਬਿੱਲ ਹੈ ਜਿਹੜਾ ਉਹਦਾ ਆਧਾ ਸਰਕਾਰ ਕਰੇਗੀ, ਆਪਾਂ ਕੋਈ ਪੈਸਾ ਨਹੀਂ ਦੇਣਾ। ਟਰੈਕਟਰ ਫੁੱਟੇ ਹੈ, ਗੱਡੀਆਂ ਫੁੱਟੀਆਂ, ਬੱਸਾਂ ਫੁੱਟੀਆਂ। ਇਹਦੇ ਨਾਲ ਨਾਲ ਜਿੰਨੇ ਕਿਸਾਨ ਜੇਲ੍ਹਾਂ ਦੇ ਵਿੱਚ ਬੰਦ ਸੀ ਪੰਜਾਬ ਦੇ ਅੰਦਰ, ਸਾਰੇ ਕਿਸਾਨਾਂ ਨੂੰ ਤੁਰੰਤ ਰਿਹਾਅ ਕਰਨ ਦੀ ਗੱਲ ਸੀ, ਉਹ ਮੰਗ ਵੀ ਆਪਣੀ ਇਹਨਾਂ ਨੇ ਪ੍ਰਵਾਨ ਕੀਤੀ ਹੈ। ਕੁਝ ਕਿਸਾਨ ਇੱਕ ਉੱਥੇ ਪੁਲਿਸ ਮੁਲਾਜ਼ਮਾਂ ਦੇ ਥੋੜ੍ਹੀ ਬੋਟੀ ਕੋਈ ਸੱਟ ਵੱਜੀ ਹੋਣੀ ਉੱਥੇ ਇਸ ਤਰ੍ਹਾਂ ਦੀ ਘਟਨਾ ਦੇ ਵਿੱਚ, ਉਸ ਨੂੰ ਆਧਾਰ ਬਣਾ ਕੇ 307 ਦੇ ਪਰਚੇ ਦਰਜ ਕਰਤੇ ਸੀ, ਜਿਹਦੇ 'ਚ 2 ਕਿਸਾਨ ਜੇਲ੍ਹ ਦੇ ਵਿੱਚ ਬੰਦ ਕੀਤੇ। ਅਸੀਂ ਉਹ ਸਪਸ਼ਟ ਕਿਹਾ ਸੀ ਵੀ ਅਸੀਂ ਉਹਨਾਂ ਚਿਰ ਇਸ ਮੋਰਚੇ ਨੂੰ ਸਮਾਪਤ ਨਹੀਂ ਕਰਦੇ ਜਿੰਨਾ ਚਿਰ ਉਹ ਕਿਸਾਨ ਸਾਡੇ ਰਿਹਾਅ ਨਹੀਂ ਕਰ ਦਿੰਦੇ, ਅਤੇ ਉਹਨਾਂ ਨੂੰ ਰਿਹਾਅ ਕਰਨ ਦੀ ਉਹਨਾਂ ਨੇ ਮੰਗ ਮੰਨੀ ਹੈ, ਪਰਚਿਆਂ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈਗਾ। ਇਹਦੇ ਨਾਲ ਜਿਹੜੀਆਂ ਸਾਡੀਆਂ ਮੰਗਾਂ ਸਨ, ਜਿਵੇਂ ਜਿੰਨੇ ਪੇਜ ਸਨ ਸਾਰੇ ਸੰਗਠਨਾਂ ਦੇ, ਬਹੁਤ ਸਾਰੇ ਸਾਡੇ ਪੱਤਰਕਾਰ ਭਰਾਵਾਂ ਦੇ ਪੇਜ ਜਿਹੜੀਆਂ ਸਾਡੀਆਂ ਵੀਡੀਓ ਨੂੰ ਗਾਂ ਦੁਨੀਆ ਨੂੰ ਦਿਖਾਉਂਦੇ ਸੀ, ਉਹਨਾਂ ਦੇ ਪੇਜ ਬੰਦ ਕਰ ਦਿੱਤੇ ਸੀ ਕਿ ਇਹਨਾਂ ਨੂੰ ਪੇਜਾਂ ਨੂੰ ਤੁਰੰਤ ਖੋਲ੍ਹਿਆ ਜਾਵੇ, ਨਿੱਜੀ ਅਤੇ ਸੰਗਠਨਾਂ ਦੇ ਜਾਂ ਸਾਡੇ ਪੱਤਰਕਾਰ ਭਰਾਵਾਂ ਦੇ ਚਾਲੂ ਕੀਤੇ ਜਾਣ। ਇਹਦੇ ਨਾਲ ਸਾਡੀਆਂ ਮੰਗਾਂ ਸਨ ਵੀ, ਇੱਕ ਤਾਂ ਇਹ ਹੋ ਗਿਆ ਮੁਆਵਜ਼ੇ ਵਗੈਰੇ ਵਾਲੀਆਂ, ਇਹ ਤਾਂ ਹੋਈਆਂ ਸਨ 21 ਤਰੀਕ ਤੋਂ ਬਾਅਦ ਸਾਰੀਆਂ ਮੰਗਾਂ ਖੜੀਆਂ। ਜਿਹੜੀਆਂ 22 ਤਰੀਕ ਦੇ ਮੋਰਚੇ ਨਾਲ ਸੰਬੰਧਿਤ ਸਾਡੀਆਂ ਮੰਗਾਂ ਸਨ ਵੀ, ਉਹਨਾਂ ਬਾਰੇ ਸਾਨੂੰ ਸਪਸ਼ਟ ਕਲੀਅਰ ਇਹ ਗੱਲ ਕਰੋ ਕਿ ਸਾਡੀ ਮੀਟਿੰਗ, ਸਾਡੀ ਮੰਗ ਸੀ ਕਿ ਕੇਂਦਰ ਦੇ ਕਿਸੇ ਮੰਤਰੀ ਦੇ ਨਾਲ ਸਾਡੀ ਮੀਟਿੰਗ ਦੀ, ਸਾਨੂੰ ਚਿੱਠੀ ਲੈ ਕੇ ਆਓ, ਅਸੀਂ ਇਸ ਅੰਦੋਲਨ ਨੂੰ ਸਮਾਪਤ ਫੇਰ ਕਰਾਂਗੇ। ਸੋ ਇਸ ਗੱਲ 'ਤੇ ਇਹ ਵੀ ਪ੍ਰਵਾਨ ਕੀਤਾ ਹੈਗਾ ਇੱਧਰੋਂ ਵੀ, ਅਸੀਂ ਪੰਜਾਬ ਸਰਕਾਰ ਵੱਲੋਂ ਚਿੱਠੀ ਤੁਹਾਨੂੰ ਕੇਂਦਰ ਸਰਕਾਰ ਨੂੰ ਕੱਢਣੀ ਹੈਗੀ ਹੈ ਕਿ ਇਹਨਾਂ ਨਾਲ ਗੱਲਬਾਤ ਕੀਤੀ ਜਾਵੇ। ਗਵਰਨਰ ਦੀ ਚਿੱਠੀ ਤੁਹਾਨੂੰ ਅਤੇ ਚੰਡੀਗੜ੍ਹ ਡਿਊਟੀ ਦੇ ਮੁੱਖ ਅਧਿਕਾਰੀਆਂ ਦੀ ਚਿੱਠੀ ਤੁਹਾਨੂੰ ਲਿਆ ਕੇ ਦੇਵਾਂਗੇ ਮੀਟਿੰਗ ਕਰਨ ਲਈ, ਅਤੇ ਅਸੀਂ ਨਾਲ ਦੀ ਨਾਲ ਇਹ ਸੁਣਾ ਦਿੱਤਾ ਫੈਸਲਾ ਵੀ ਜਿੰਨਾ ਚਿਰ ਉਹ ਚਿੱਠੀ ਸਾਡੇ ਹੱਥ ਨਹੀਂ ਆਉਂਦੀ, ਅੰਦੋਲਨ ਉਸੇ ਥਾਂ 'ਤੇ ਜਾਰੀ ਰਹਿਣਗੇ। ਅਤੇ ਅਸੀਂ ਇਹ ਫੈਸਲਾ ਸਾਰੀਆਂ ਗੱਲਾਂ ਦਾ ਸੋਚ ਕੇ ਵਿਚਾਰ ਕੇ ਸਾਰੀਆਂ ਜਥੇਬੰਦੀਆਂ ਨਾਲ, ਕਿਉਂਕਿ ਸਾਰੀਆਂ ਜਥੇਬੰਦੀਆਂ ਪੰਜਾਬ ਦੀਆਂ, ਉੱਤਰੀ ਭਾਰਤ ਦੀਆਂ, ਪੂਰੇ ਦੇਸ਼ ਦੀਆਂ, ਸੰਯੁਕਤ ਮੋਰਚੇ ਦੀਆਂ ਸਾਡੀਆਂ ਇਹਨਾਂ ਮੰਗਾਂ ਨਾਲ ਸਹਿਮਤ ਸਨ। ਸੋ ਅਸੀਂ ਸਾਰਿਆਂ ਦੀ ਰਾਏ ਨੂੰ ਮੰਨਦੇ ਹੋਏ ਅਸੀਂ ਅੱਜ ਇਹ ਕਮਿਟਮੈਂਟ ਕੀਤੀ ਹੈਗੀ ਆ, ਇਹ ਫੈਸਲੇ। ਪ੍ਰਧਾਨ ਜੀ, ਇੱਕ ਰੇੜਕਾ ਚੱਲ ਰਿਹਾ ਸੀ ਕਿ ਤੁਸੀਂ ਕਹਿੰਦੇ ਸਾਰੇ ਜਿੰਨੇ ਆਗੂ ਅਰੈਸਟ ਕੀਤੇ ਗਏ ਆ ਪੰਜਾਬ 'ਚ, ਉਹ ਸਾਰੇ ਤੁਰੰਤ ਰਿਹਾਅ ਕੀਤੇ ਜਾਣ, ਦੱਸਿਆ ਜਾ ਰਿਹਾ ਸੀ ਕਿ ਉਹਦੇ ਉਹ ਪੇਜ ਫਸਿਆ ਹੋਇਆ ਮੀਟਿੰਗ 'ਚ, ਉਸ ਨੂੰ ਲੈ ਕੇ ਕੀ ਹੋਇਆ, ਕਦੋਂ ਕਰ ਸਕਦੇ ਰਿਹਾ? ਨਹੀਂ, ਪੇਜ ਇਸ ਕਰਕੇ ਨਹੀਂ ਫਸਿਆ ਹੋਇਆ ਸੀ, ਪੇਜ ਇਸ ਪੇਜ ਸੀ ਜਿਹੜਾ ਫਸਿਆ, ਉਹ ਇਸ ਕਰਕੇ ਸੀ, ਇੱਕ ਮੁੰਡਾ ਨਾ ਉਧਰੋਂ ਆਪਣੇ ਮੋਹਾਲੀ ਜ਼ਿਲ੍ਹੇ ਦਾ ਹਰਿਆਣੇ ਵਾਲੇ ਸੰਗਠਨਾਂ ਦੇ ਨਾਲ ਸਾਂਝੇ ਸੰਘਰਸ਼ ਦੇ ਵਿੱਚ ਸ਼ਾਮਲ ਸੀ, ਉਸ ਸਾਡੇ ਨੌਜਵਾਨ ਦੀ ਲੱਤ ਕੱਟ ਗਈ ਸੀਗੀ ਇਸ ਅੰਦੋਲਨ ਦੇ ਦੌਰਾਨ। ਸਾਡੀ ਮੰਗ ਇਹ ਸੀ, ਹਰਿਆਣਾ ਸਰਕਾਰ ਕਹਿ ਰਹੀ ਸੀ ਇਹ ਪੰਜਾਬ ਦਾ ਮੁੰਡਾ, ਮੋਹਾਲੀ ਜ਼ਿਲ੍ਹੇ ਨਾਲ ਸੰਬੰਧਿਤ ਹੈ, ਪੰਜਾਬ ਸਰਕਾਰ ਕਹਿ ਰਹੀ ਸੀ ਇਹ ਹਰਿਆਣੇ ਦੇ ਅੰਦੋਲਨ ਕਾਰਨ ਵਾਪਰੀ ਘਟਨਾ। ਸਾਡੀ ਮੰਗ ਸੀ ਵੀ ਉਸ ਕਿਸਾਨ ਦੀ, ਜਿਹੜੇ ਦੀ ਸਾਡੇ ਨੌਜਵਾਨ ਭਰਾ ਦੀ ਲੱਤ ਕੱਟ ਗਈ, ਉਹਨੂੰ ਹੈਂਡੀਕੈਪਟ ਦੇ ਆਧਾਰ 'ਤੇ ਨੌਕਰੀ ਦਿਓ ਅਤੇ ਉਹਨੂੰ ਕੰਪੋਸ਼ੀਸ਼ਨ ਬਣਦੀ ਦਿਓ, ਉਹਦੇ ਸਾਰੇ ਇਲਾਜ ਦੀ ਜ਼ਿੰਮੇਵਾਰੀ ਸਰਕਾਰ ਚੁੱਕੇ।
जिदे चो जानी यह सहमति बनी हैगी है भी जे हरियाणा सरकार ये सारिया मंगा ते साडे नाल कमिटमेंट नहीं करती, अधिकारियों ने यह गल प्रवान की है, लिखती लैटर के उत्ते लिखे भी असी ये तुहाडियां सारिया मंगा प्रवान करांगे उस पंजाब चो उस मुंडे नूं कंपनसेशन दी जिम्मेदारी। ये असी देखो लौंगोवाल वाला धरना तो सारे पंजाब के जिहड़े धरने इन बारे असी विचार भी कर रहे हैं, पर एक गल मैं थोनू क्लीयर कर गया कि जिन्ना चिर अगली मीटिंग की चिट्ठी साडे हाथ दे विच नहीं आउंदी गवर्नर नाल ते सेंटर पद्धर की गलबात की कोई चिट्ठी साडे हाथ च नहीं आउंदी असी लोकां नूं घरां च जाण लई नहीं कहांगे डटे रहांगे। प्रीतम सिंह दा संस्कार होऊगा जी? प्रीतम सिंह दे संस्कार बारे सवाल यह है भी असी परिवार नाल जाके मिलदे हां क्योंकि जदों सहमति बन गई उन्हां दा असी पोस्टमार्टम करावांगे। साडी मंग एक मिनट, साडी मंग यह है असी फैसला यह किया कि देश के दे जिवें सारे संगठन ने हमदर्दी प्रगट की है पहला सारयां नूं रिहा करा लईए रिहा करा के साडे आगू साहिबां सारे उहदे संस्कार ते पहुंचण ता कि साडी एकता की मिसाल है जिहड़ी यह सांझे अंदोलन की मिसाल है यह दुनिया सामने जाए। कार्रवाई की मंग साडी है जिहड़ी उह इह हैगी सी उहदे चों देखो जिहड़ियां इह घटनावां वापर जांदियां ने उन्होंने मन्निया भी फर्क साथों भी रहा बहुत थावां दे उत्ते अणगहलियां रहियां ने क्योंकि साडा सवाल सी कोई दो रामा नहीं चैनल के सामने आ वो जिहड़ा सवाल अंदर मीटिंग सी कि 22 तरीक का साडा प्रोग्राम है चंडीगढ़ नूं जाण दा ते 21 तरीक नूं साडे ते अटैक क्यों ला एंड ऑर्डर का मसला 22 तो बाद होना चाहिए सी ते 21 नूं साडे ते अटैक क्यों किया गया नंबर एक। नंबर दो ते जे सारे पंजाब च किसानां नूं टोल प्लाजियां ते जाण दिता गया मुख्यमंत्री दे जिले दे विच सानूं टोल प्लाजियां ते जाण तो पहलां साडे ते अटैक क्यों किया गया। नंबर तीन साडियां वसां भांदियां ते गालां सानूं कढ़ियां गईयां साडा कसूर की? देखो किसानां दे नाल जिहड़े इन्हां दे किसान आगू आए सीगे सो उन्हां नाल बड़े चंगे माहौल दे विच साडी मीटिंग हुई है प्रशासन दी हुई है आई जी साहब इत्थे सीगे ऑफिसर सीगे सो उन्हां ने जिहड़े मुद्दे वगैरह रखे सी उह सारे असीं उन्हां ते साडी सहमति भी हुई है सो एक जिहड़ा उस दिन 20 तरीक नूं जां 21 नूं जिहड़ा इत्थे प्रदर्शन दे दौरान किसी की डैथ हुई सीगी उहदे बारे कुछ कंपनसेशन की गल हुई है जिहड़े भी सो ऑलमोस्ट 10 लाख की गल हुई है और उहदे जिहड़े भी उन्होंने जिहड़ियां डिमांड्स रखियां सीगियां उहनूं असीं नौकरी दी है एक कंपनसेशन दी है कुछ जॉब दी हैगी है प्लस जिन्हें भी उन्होंने मसले सीगे वह असीं सारे विचार कर ले और उहदे मुताबक असीं उह सारा अगे असीं फॉलोअप करते हैं तो उन्होंने भी विश्वास दवाया कि जोड़ा है ये अपना जो धरना है आफ्टर दिस वो यदि नहीं FIR तो हाले उन्होंने जोड़े है जो जो इन्वेस्टिगेशन होएगी वो आई साहब वगैरह देख लेंगे जरा जो भी सिस्टम है लेकिन उन्होंने जो बंदे है रिलीज हो जाएंगे एक प्रोसैस है वह सारा साडा इन्हों डिस्कस होया सो एक अद्धे दिन चो सारा कंप्लीट हो जाएगा फिर थोड़ा आई साहब सर जिहड़े